ਲੁਧਿਆਣਾ ਚ ਐਸਟੀਐਫ ਨੇ ਇੱਕ ਅਜਿਹੇ ਸ਼ਖਸ ਨੂੰ ਕਾਬੂ ਕੀਤਾ ਜਿਹੜਾ ਆਪਣੀ ਤਲਬ ਪੂਰੀ ਕਰਨ ਵਾਸਤੇ ਨੌਜਵਾਨਾਂ ਨੂੰ ਐਸੀ ਰਾਹ 'ਤੇ ਧਕੇਲ ਰਿਹਾ ਸੀ ਕਿ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਸੀ। ਦਰਅਸਲ ਇਹ ਸ਼ਖਸ ਖੁਦ ਵੀ ਚਿੱਟੇ ਰਾਹ ਦੀ ਸੀ ਅਤੇ ਚਿੱਟਾ ਵੇਚਣ ਦਾ ਧੰਦਾ ਇਸਨੇ ਸ਼ੁਰੂ ਕਰ ਦਿੱਤਾ। ਫਿਲਹਾਲ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਤੁਸੀਂ ਆਪ ਹੀ ਦੇਖ ਲਵੋ ਕੀ ਹੈ ਪੂਰਾ ਮਾਮਲਾ। ਦੈਨਿਕ ਮੇਲ ਪੰਜਾਬੀ ਟੀਵੀ ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਸਰ, ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ ਹੈ, ਕੀ ਸੀ ਪੂਰਾ ਮਾਮਲਾ ਦਿਓ ਜਾਣਕਾਰੀ। ਸਾਡੇ ਮਾਨਯੋਗ ADGP STF ਚੀਫ ਅਤੇ ਮਾਨਯੋਗ AIG STF ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਨਸ਼ੇ ਦੇ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਉਸਨੂੰ ਸਾਨੂੰ ਉਸ ਸਮੇਂ ਕੱਲ੍ਹ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਾਡੀ ਪੁਲਿਸ ਪਾਰਟੀ ਗਿੱਲ ਰੋਡ ਨੇੜੇ ਬਿਜਲੀ ਘਰ ਵਿਖੇ ਹਾਜ਼ਰ ਸੀ, ਜਿੱਥੇ ਇੱਕ ਬਹੁਤ ਭਰੋਸੇਯੋਗ ਸੂਚਨਾ ਮਿਲੀ ਕਿ ਦੋ ਆਰੋਪੀ ਹਰਜੋਤ ਸਿੰਘ ਅਤੇ ਜਸਪ੍ਰੀਤ ਸਿੰਘ ਜੋ ਦੋਵੇਂ ਰਲ ਕੇ ਹੈਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰਦੇ ਨੇ, ਅਤੇ ਜਿਨ੍ਹਾਂ ਵਿੱਚੋਂ ਹਰਜੋਤ ਸਿੰਘ ਨੇ ਜਸਪ੍ਰੀਤ ਸਿੰਘ ਨੂੰ ਦਾਣਾ ਮੰਡੀ ਨੇੜੇ ਅਰੋੜਾ ਪੈਲਸ ਵਿਖੇ ਨਸ਼ੇ ਦੀ ਸਪਲਾਈ ਕਰਨ ਦੇ ਲਈ ਭੇਜਿਆ ਹੈ। ਜੋ ਸੂਚਨਾ ਬੜੀ ਭਰੋਸੇਯੋਗ ਹੋਣ ਕਰਕੇ ਅਸੀਂ ਆਰੋਪੀਆਂ ਦੇ ਬਰਖਿਲਾਫ ਅਧੀਨ ਧਾਰਾ NDPS ਐਕਟ ਮੁਕੱਦਮਾ ਦਰਜ ਕਰਾਇਆ ਅਤੇ ਸਾਡੀ ਪੁਲਿਸ ਪਾਰਟੀ ਨੇ ਤੁਰੰਤ ਦਾਣਾ ਮੰਡੀ ਨੇੜੇ ਅਰੋੜਾ ਪੈਲਸ ਪਹੁੰਚ ਕੇ ਇੱਕ ਆਰੋਪੀ ਜਸਪ੍ਰੀਤ ਸਿੰਘ ਜਿਸਨੇ ਪਿੱਠੂ ਬੈਗ ਪਾਇਆ ਹੋਇਆ ਸੀ ਇਹਨੂੰ ਕਾਬੂ ਕੀਤਾ। ਜਦੋਂ ਇਹਦੀ ਮਾਨਯੋਗ DSP ਸਾਹਿਬ ਜੀ ਦੀ ਹਾਜ਼ਰੀ ਵਿੱਚ ਤਲਾਸ਼ੀ ਕੀਤੀ ਤਾਂ ਇਸਦੇ ਪਿੱਠੂ ਬੈਗ ਦੇ ਵਿੱਚੋਂ 850 ਗ੍ਰਾਮ ਹੈਰੋਇਨ, ਇਲੈਕਟ੍ਰੋਨਿਕ ਕੰਡਾ ਅਤੇ ਕਾਫੀ ਮਾਤਰਾ ਦੇ ਵਿੱਚ ਥੈਲੀਆਂ ਜਿਨ੍ਹਾਂ ਦੇ ਵਿੱਚ ਇਹ ਹੈਰੋਇਨ ਪਾ ਕੇ ਵੇਚਦਾ ਸੀ ਉਹ ਬਰਾਮਦ ਹੋਈਆਂ, ਜਿਸ ਨੂੰ ਉਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਅਤੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਸਰ, ਇਹ ਕਿੱਥੋਂ ਲਿਆਉਂਦਾ ਸੀ ਇੰਨੀ ਭਾਰੀ ਮਾਤਰਾ ਦੇ ਅਤੇ ਕਿੱਥੇ ਵੇਚਦਾ ਸੀਗਾ ਇਹ? ਇਹਨੇ ਪੁੱਛਗਿੱਛ ਤੇ ਦੱਸਿਆ ਵੀ ਇਹਦਾ ਜਿਹੜਾ ਸਾਥੀ ਹਰਜੋਤ ਸਿੰਘ ਆ ਉਹ ਜਿਹੜਾ ਥੋੜੇ ਦੇਰ ਪਹਿਲਾਂ ਹੀ ਕਤਲ ਕੇਸ ਦੇ ਮੁਕੱਦਮੇ ਦੇ ਵਿੱਚੋਂ ਉਮਰ ਕੈਦ ਕੱਟ ਰਿਹਾ, ਪਰੋਲ ਤੇ ਬਾਹਰ ਆਇਆ, ਉਹ ਇਸ ਨੂੰ ਵੱਖ ਵੱਖ ਬੰਦਿਆਂ ਪਾਸੋਂ ਦਬਾਉਂਦਾ ਸੀ ਅਤੇ ਇਹ ਅੱਗੇ ਸਪਲਾਈ ਕਰਦਾ ਸੀ। ਤੇ ਇਹਦੇ ਵਿੱਚ ਕਿੰਨੇ ਆਰੋਪੀ ਗ੍ਰਿਫਤਾਰ ਹੋਏ ਹੁਣ ਤੱਕ? ਇਹਦੇ ਵਿੱਚ ਇੱਕ ਦੋਸ਼ੀ ਜਸਪ੍ਰੀਤ ਸਿੰਘ ਗ੍ਰਿਫਤਾਰ ਕੀਤਾ ਗਿਆ ਜਿਸਦੇ ਬਰਖਿਲਾਫ਼ ਪਹਿਲਾਂ ਵੀ ਇੱਕ ਮੁਕੱਦਮਾ NDPS ਐਕਟ ਦਾ ਦਰਜਾ, ਜਿਸ ਦੇ ਵਿੱਚ ਇਹ ਥੋੜੇ ਦੇਰ ਪਹਿਲਾਂ ਹੀ ਕੁਛ ਮਹੀਨੇ ਪਹਿਲਾਂ ਹੀ ਜੇਲ੍ਹ ਚੋਂ ਜ਼ਮਾਨਤ ਕਰਾ ਕੇ ਬਾਹਰ ਆਇਆ। ਸਰ, ਇਹ ਖੁਦ ਵੀ ਐਡਿਕਟ ਹੈ ਤੇ ਕਿੰਨੀ ਦੇਰ ਤੋਂ ਕੰਮ ਕਰ ਰਿਹਾ? ਇਹਨੇ ਦੱਸਿਆ ਵੀ ਇਹ ਆਪ ਵੀ ਪੀਂਦਾ ਅਤੇ ਕਰੀਬ 3-4 ਸਾਲ ਤੋਂ ਇਹ ਨਸ਼ੇ ਦੀ ਤਸਕਰੀ ਦਾ ਕੰਮ ਕਰ